ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ, ਮੈਂ ਹਾਂ ਤੁਹਾਡਾ ਆਪਣਾ ਦੋਸਤ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਕਿਸਾਨ ਵੀਰੋ, ਇਸ ਟਾਈਮ 'ਤੇ ਖੇਤ ਦੇ ਵਿੱਚ ਇੱਕ ਖਾਸ ਤੌਰ ਦੇ ਚਿੱਟੇ ਜਿਹੇ ਆਂਡੇ ਜਿਹੇ ਜਾਂ ਰੂੰ ਜੀ ਪਈ ਹੈ, ਜਿਹੜੀ ਕਿ ਪੱਤੇ ਦੇ ਵਿੱਚ ਇੱਕੋ ਜਗ੍ਹਾ 'ਤੇ ਕਾਫੀ ਜ਼ਿਆਦਾ ਪਈ ਹੈ। ਕਿਸਾਨ ਵੀਰ ਪੁੱਛ ਰਿਹਾ ਕਿ ਇਹ ਕੀ ਹੈ। ਦੋਸਤੋ, ਇਹ ਸਾਡਾ ਦੁਸ਼ਮਣ ਨਹੀਂ ਹੈ, ਇਹ ਸਾਡੇ ਦੋਸਤ ਹੈ, ਜਿਹੜੇ ਕਿ ਜਿਸ ਦਾ ਨਾਮ ਕੋਟੇਸ਼ੀਆ ਹੈ ਅਤੇ ਲਗਭਗ ਪੂਰੀ ਦੁਨੀਆ ਦੇ ਵਿੱਚ 1500 ਤੋਂ 2000 ਪ੍ਰਜਾਤੀਆਂ ਇਹਦੀਆਂ ਪਾਈਆਂ ਜਾਂਦੀਆਂ। ਇਹ ਜੋ ਪੇਪਰ ਤੁਸੀਂ ਦੇਖ ਰਹੇ ਹੋ, ਇਹ ਯੂਨੀਵਰਸਿਟੀ ਆਫ ਫਲੋਰੀਡਾ ਦਾ ਹੈ। ਇਹਦੇ ਨਰ ਅਤੇ ਮਾਦਾ ਹੈ। ਇਹਦੇ ਨਰ ਅਤੇ ਜਿਹੜੇ ਮਾਦਾ, ਇਹ 2 ਤੋਂ 3 ਮਿਲੀਮੀਟਰ ਸਾਈਜ਼ ਦੇ ਹੁੰਦੇ ਹੈ। ਰੰਗ ਇਹਨਾਂ ਦਾ ਤੁਹਾਡੇ ਇੱਥੇ ਵੱਖਰਾ ਹੋ ਸਕਦਾ ਹੈ, ਕਿਉਂਕਿ ਪੂਰੀ ਦੁਨੀਆ ਦੇ ਵਿੱਚ 1500 ਤੋਂ 2000 ਪ੍ਰਜਾਤੀਆਂ ਪਾਈਆਂ ਜਾਂਦੀਆਂ। ਇਹ ਇੱਕ ਤਰ੍ਹਾਂ ਦਾ ਭੂੰਡ ਹੁੰਦਾ ਹੈ। ਅਤੇ ਸਾਡਾ ਦੋਸਤ ਕਿਵੇਂ ਹੈ ਅਤੇ ਕਰਦਾ ਕੀ ਹੈ ਇਹ? ਇਹ ਜਿਹੜਾ ਸਾਡਾ ਦੋਸਤ ਹੈ, ਇਹ ਖੇਤ ਦੇ ਵਿੱਚ ਜਿਹੜੀ ਸੁੰਡੀ ਹੁੰਦੀ ਹੈ ਨਾ, ਉਸ ਸੁੰਡੀ ਦੇ ਵਿੱਚ ਆਪਣੇ ਆਂਡੇ ਦੇ ਦਿੰਦਾ ਹੈ। ਲਗਭਗ 60 ਤੋਂ 65 ਆਂਡੇ ਸੁੰਡੀ ਦੇ ਵਿੱਚ ਦੇ ਦਿੰਦਾ ਹੈ। ਆਂਡੇ ਦੇਣ ਤੋਂ ਬਾਅਦ ਦੇ ਵਿੱਚ 2 ਜਾਂ 3 ਦਿਨ ਬਾਅਦ ਉਹਦੇ ਵਿੱਚੋਂ ਬੱਚੇ ਨਿਕਲਦੇ ਹੈ। ਅਤੇ ਬੱਚੇ ਕੀ ਹੁੰਦੇ ਹੈ, ਜਿਸ ਤਰ੍ਹਾਂ ਤੁਸੀਂ ਆਹ ਫੋਟੋ ਦੇਖ ਰਹੇ ਹੋ ਨਾ, ਇਸ ਤਰੀਕੇ ਦੀਆਂ ਸੁੰਡੀਆਂ ਹੁੰਦੀਆਂ। ਜਿਸ ਤਰ੍ਹਾਂ ਕਿ ਇਹ ਪਹਿਲਾਂ ਤੁਸੀਂ ਇਹ ਉੱਪਰਲੇ ਪਾਸੇ 3 ਦਿਨ ਦੀ ਸੁੰਡੀ ਹੈ, ਫਿਰ ਜਿਹੜਾ ਹੈਗਾ 5 ਦਿਨ ਦੀ ਹੈ, 7 ਦਿਨ ਦੀ ਹੈ। ਇਸ ਤਰ੍ਹਾਂ ਇਹਨਾਂ ਦੇ ਅਲੱਗ ਅਲੱਗ ਦਿਨ ਦੇ ਇਹ ਸਾਈਜ਼ ਹੈ ਸੁੰਡੀ ਦੇ। ਅਤੇ ਸੁੰਡੀਆਂ, ਇਹ ਜਿਹੜੇ ਮੈਗਟ ਹੈ, ਇਹ ਉਸ ਨੂੰ ਅੰਦਰੋਂ ਖਾਂਦੇ ਰਹਿੰਦੇ ਆ, ਤੁਹਾਡੀ ਦੁਸ਼ਮਣ ਕੀੜੇ ਨੂੰ। ਤਾਂ ਦੁਸ਼ਮਣ ਕੀੜੇ ਨੂੰ ਖਾ ਕੇ ਉਹਨੂੰ ਖਤਮ ਕਰ ਦਿੰਦੇ ਆ, ਅਤੇ ਉਸ ਨੂੰ ਪੂਰਾ ਖਾਣ ਤੋਂ ਬਾਅਦ ਦੇ ਵਿੱਚ ਉਹਦੀ ਸਕਿਨ ਨੂੰ ਪਾੜ ਕੇ ਉਹਦੇ ਵਿੱਚੋਂ ਇਹ ਬਾਹਰ ਨਿਕਲਦੇ ਆ। ਬਾਹਰ ਨਿਕਲ ਕੇ ਆਪਦੇ ਦੁਆਲੇ ਇੱਕ ਸਿਲਕ ਜਾਂ ਇੱਕ ਧਾਗਾ ਆਪਦੇ ਮੂੰਹ ਦੇ ਵਿੱਚੋਂ ਕੱਢ ਕੇ ਵਲਦੇ ਆ, ਜਿਹੜਾ ਕਿ ਆਹ ਚਿੱਟੇ ਰੰਗ ਦਾ ਤੁਸੀਂ ਆਮ ਤੌਰ 'ਤੇ ਖੇਤ ਦੇ ਵਿੱਚ ਹੁਣ ਪਿਆ ਦੇਖਦੇ ਹੋ। ਇਹ ਸਾਰੇ ਕਿਸਾਨ ਵੀਰਾਂ ਦੇ ਖੇਤਾਂ 'ਚ ਨਹੀਂ ਹੈਗਾ। ਇਹ ਦੇਖੋ ਜਿਵੇਂ ਇਸ ਫੋਟੋ ਦੇ ਵਿੱਚ ਕਿ ਸੁੰਡੀ ਦੀ ਸਕਿਨ ਨੂੰ ਪਾੜ ਕੇ, ਚਮੜੀ ਨੂੰ ਪਾੜ ਕੇ ਉਹਦੇ ਵਿੱਚੋਂ ਇਹ ਬਾਹਰ ਨਿਕਲੀਆਂ ਸੁੰਡੀਆਂ, ਅਤੇ ਆਪਦੇ ਚਾਰੇ ਪਾਸੇ ਇਹਨਾਂ ਨੇ ਜਿਹੜਾ ਹੈਗਾ ਸਿਲਕ ਵਲਿਆ। ਅਤੇ ਸਾਰੇ ਖੇਤਾਂ 'ਚ ਨਹੀਂ ਮਿਲਣਗੇ, ਉਹਨਾਂ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਹੈ ਜਿਹੜੇ ਕਿਸਾਨ ਵੀਰਾਂ ਨੇ ਖੇਤਾਂ ਦੇ ਵਿੱਚ ਫਾਲਤੂ ਦੀਆਂ ਸਪਰੇਆਂ ਨਹੀਂ ਪਾਈਆਂ। ਇਹ ਕਲਰ ਤੁਹਾਡੇ ਖੇਤ ਦੇ ਵਿੱਚ ਮਿਲਦਾ ਹੈ, ਤਾਂ ਇਹਦੇ ਵਿੱਚ ਇਹਦੀ ਪਿਊਪਾ ਸਟੇਜ ਹੁੰਦੀ ਹੈ। ਪਿਊਪਾ ਤੋਂ ਬਾਅਦ ਦੇ ਵਿੱਚ ਫਿਰ ਉਹੀ ਅਡਲਟ ਪਮੱਕੜ, ਮਾਫ਼ ਕਰਨਾ, ਅਡਲਟ ਭੂੰਡ ਨਿਕਲਦਾ ਜਿਹੜਾ ਕਿ ਤੁਸੀਂ ਇੱਥੇ ਦੇਖ ਰਹੇ ਹੋ। ਅਤੇ ਇਹ ਭੂੰਡ ਦੁਬਾਰਾ ਤੋਂ ਫਿਰ ਸੁੰਡੀਆਂ ਲੱਭਦਾ, ਸੁੰਡੀਆਂ ਦੇ ਸਰੀਰ 'ਚ ਆਂਡੇ ਦਿੰਦਾ, ਆਂਡੇ ਦੇ ਕੇ ਸੁੰਡੀਆਂ ਨੂੰ ਖਤਮ ਕਰਦਾ। ਅਤੇ ਕੁਦਰਤ ਦਾ ਇੱਕ ਸਾਈਕਲ ਹੈ ਜਿਹੜਾ ਇਹ ਚੱਲਦਾ ਰਹਿੰਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਅਕਸਰ ਕਹਿੰਦਾ ਹੁੰਦਾ ਕਿ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ, ਕੁਦਰਤ ਆਪਣੀ ਗੇਮ ਖੇਡਦੀ ਹੈ। ਤਾਂ ਜੇਕਰ ਤੁਸੀਂ ਖੇਤਾਂ ਨੂੰ ਜ਼ਿਆਦਾ ਨਹੀਂ ਛੇੜਿਆ, ਤਾਂ ਇਹ ਜਿਹੜੀ ਕੁਦਰਤ ਹੈ ਤੁਹਾਡੇ ਖੇਤ 'ਚ ਆਪਦੀ ਗੇਮ ਖੇਡ ਰਹੀ ਹੈ, ਅਤੇ ਇਹਦੇ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਸਾਡੇ ਦੋਸਤ ਹੈ, ਸਾਡਾ ਕੋਈ ਨੁਕਸਾਨ ਨਹੀਂ ਕਰਦੇ। ਜਿਹੜਾ ਨਰ ਜਾਂ ਮਾਦਾ ਭੂੰਡ ਹੈ ਜਿਹਦਾ ਸਾਈਜ਼ 2 ਤੋਂ 3 mm ਹੈ, ਉਹਦੀ ਰੰਗ ਫੋਟੋ 'ਚ ਦਿਖਾਏ ਗਏ ਰੰਗ ਤੋਂ ਵੱਖ ਹੋ ਸਕਦਾ ਹੈ, ਕਿਉਂਕਿ ਇਹ ਫਲੋਰੀਡਾ ਦੇ ਵਿੱਚ ਪਾਇਆ ਜਾਣ ਵਾਲਾ ਹੈ। ਸਾਡੇ ਇੱਥੇ ਪਾਇਆ ਜਾ, ਕਿਉਂਕਿ 1500 ਤੋਂ 2000 ਪ੍ਰਜਾਤੀਆਂ ਹੁੰਦੀਆਂ, ਜੋ ਸਾਡੇ ਇੱਥੇ ਪ੍ਰਜਾਤੀ ਪਾਈ ਜਾ ਰਹੀ ਉਹ ਕੋਈ ਹੋਰ ਹੋਏਗੀ। ਤਾਂ ਦੋਸਤੋ, ਇਸ ਵੀਡੀਓ ਨੂੰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਕੁਐਸਚਨ ਸੀ ਕਿ ਇਹ ਹੈਗਾ ਕੀ ਹੈ। ਤਾਂ ਇਹ ਪਿਊਪੇ ਹੈ ਜਿਹਦੇ ਵਿੱਚੋਂ ਕਿ ਅਡਲਟ ਨਿਕਲ ਚੁੱਕਾ, ਤੁਹਾਡਾ ਦੋਸਤ ਨਿਕਲ ਚੁੱਕਿਆ। ਮਿਹਰਬਾਨੀ ਦੋਸਤੋ, ਬਹੁਤ ਬਹੁਤ ਧੰਨਵਾਦ।